ਦੋਸਤੋ, ਸਾਡੇ ਇਸਲਾਮੀ ਅਦਬ ਵਿੱਚ ਸੈਕਿੰਡ ਪਾਰਟ ਜਿਹੜਾ ਹੈ ਉਹ ਹੈ ਸੱਚੀ ਸਰਕਾਰ। ਅਬਦੁਲ ਕਰੀਮ ਸਮਰ ਨੇ ਲਿਖਿਆ ਹੈ ਅਤੇ ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਦੇ ਉੱਤੇ। ਤੁਹਾਨੂੰ ਪਤਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ 571 ਵਿੱਚ ਪੈਦਾ ਹੋਏ, 632 ਵਿੱਚ ਉਹਨਾਂ ਦੀ ਵਫਾਤ ਹੋਈ ਅਤੇ ਉਹਨਾਂ ਨੇ ਕਿੰਨੀਆਂ ਮੁਸੀਬਤਾਂ ਅਤੇ ਮੁਸ਼ਕਿਲਾਂ ਦੇ ਨਾਲ ਇਸਲਾਮ ਨੂੰ ਦੁਨੀਆ ਦਾ ਇੱਕ ਵੱਡਾ ਦੀਨ ਮਨਵਾਉਣ ਵਿੱਚ ਅਤੇ ਉਹਦੀ ਇਸ਼ਾਅਤ ਵਾਸਤੇ ਕਿੰਨਾ ਕੰਮ ਕੀਤਾ। ਅਤੇ ਤਾਰੁਫ ਇਹ ਹੈ ਅਬਦੁਲ ਕਰੀਮ ਸਮਰ ਦੀ ਕਿਤਾਬ ਸੱਚੀ ਸਰਕਾਰ ਦੇ ਬਾਰੇ ਵਿੱਚ ਕਿ ਅਬਦੁਲ ਕਰੀਮ ਸਮਰ 1908 ਵਿੱਚ ਪੈਦਾ ਹੋਏ ਸਨ ਅਤੇ 1989 ਵਿੱਚ ਇਹਨਾਂ ਦੀ ਡੈੱਥ ਹੋਈ। ਅਤੇ ਇਹ ਆਪਣਾ ਇਹ ਕਿਤਾਬ ਇਹਨਾਂ ਦੀ ਸੱਚੀ ਸਰਕਾਰ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਵਿੱਚ ਕਿਤਾਬ ਹੈ, ਠੀਕ ਹੈ। ਅਤੇ ਪੰਜਾਬੀ ਅਤੇ ਉਰਦੂ ਦੇ ਨਸਰ ਨਿਗਾਰ ਸਨ, ਸ਼ਾਇਰੀ ਕਰਦੇ ਸਨ, ਲੇਕਿਨ ਇਹ ਕਿਤਾਬ ਇਹਨਾਂ ਨੇ ਪੰਜਾਬੀ ਵਿੱਚ ਤਾਂ ਲਿਖੀ ਕਿ ਇਹਨਾਂ ਨੇ ਇਹ ਆਪਣਾ ਪੰਜਾਬ ਦੇ ਲੋਕਾਂ ਤੱਕ ਇਹਨਾਂ ਦਾ ਪੈਗਾਮ ਚਲਾ ਜਾਵੇ। ਸੀਰਤੀ ਅਦਬ ਹੁੰਦਾ ਹੈ ਜਿਹੜਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਦੇ ਉੱਤੇ ਲਿਖਿਆ ਜਾਵੇ, ਉਹਨਾਂ ਦੀ ਆਪਣਾ ਕਿਰਦਾਰ ਦੇ ਉੱਤੇ ਲਿਖਿਆ ਜਾਵੇ, ਉਹਨਾਂ ਦੀ ਲਾਈਫ ਦੇ ਉੱਤੇ ਲਿਖਿਆ ਜਾਵੇ, ਇੱਕ ਤਰ੍ਹਾਂ ਦੀ ਬਾਇਓਗ੍ਰਾਫੀ ਹੁੰਦੀ ਹੈ। ਅਤੇ ਇਹਦੀ ਅਹਿਮੀਅਤ ਅਤੇ ਮਕਸਦ ਇਹ ਹੁੰਦਾ ਹੈ ਕਿ ਇਨਸਾਨਾਂ ਤੱਕ ਅੱਲਾਹ ਪਾਕ ਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦਾ ਇਲਮ ਜਿਹੜਾ ਹੈ ਉਹ ਪਹੁੰਚ ਜਾਵੇ ਅਤੇ ਉਸ ਦੇ ਨਾਲ ਲੋਕ ਜਿਹੜੇ ਹੈਗੇ ਆਪਣੇ ਜ਼ਾਤ ਨੂੰ, ਆਪਣੇ ਕਿਰਦਾਰ ਨੂੰ, ਆਪਣੇ ਅਖਲਾਕ ਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਨਾਲ ਅਲਾਈਨ ਕਰ ਲੈਣ, ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਚੱਲਣ, ਠੀਕ ਹੈ। ਅੱਜ ਤਾਂ ਤੁਸੀਂ ਸੁਣੀ ਹੋਵੇਗੀ ਕਿ ਆਤੀ ਉੱਲਾਹ ਵ ਆਤੀ ਉਹ ਰਸੂਲ, ਕਿ ਮੇਰੀ ਪੈਰਵੀ ਕਰੋ, ਅੱਲਾਹ ਕੀ ਪੈਰਵੀ ਕਰੋ ਔਰ ਅੱਲਾਹ ਕੇ ਰਸੂਲ ਕੀ ਪੈਰਵੀ ਕਰੋ। ਅਤੇ ਇਹ ਬਿਲਕੁਲ ਇਸੇ ਵਾਸਤੇ ਸੀਰਤ ਪੜ੍ਹੀ ਜਾਂਦੀ ਹੈ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਰਵੀ ਕੀਤੀ ਜਾਵੇ। ਇਹਦੀਆਂ ਵੀ ਅਹਿਮ ਗੱਲਾਂ ਪੁੱਛ ਲਈਆਂ ਜਾਂਦੀਆਂ ਨੇ ਪੇਪਰ ਵਿੱਚ। ਇੱਕ ਤਾਂ ਇਹ ਹੈ ਕਿ ਇਹ ਕਿਤਾਬ ਬੜੀ ਛੋਟੀ ਜਿਹੀ ਹੈ ਐਜ਼ ਕੰਪੇਅਰ ਟੂ ਅਦਰ ਬੁੱਕਸ ਜਿਹੜੀਆਂ ਸੀਰਤ ਦੇ ਉੱਤੇ ਪਬਲਿਸ਼ ਹੋਈਆਂ ਨੇ। ਇਸ ਕਿਤਾਬ ਕੇ ਇਹਦੇ ਕਿਤਾਬ ਦੇ ਜਿਹੜੇ ਹੈਗੇ 198 ਸਫ਼ੇ ਨੇ, ਠੀਕ ਹੈ, 200 ਸਫ਼ੇ ਨੇ, ਯਾਨੀ ਬੰਦਾ 2-3 ਸਿਟਿੰਗਸ ਵਿੱਚ ਪੜ੍ਹ ਸਕਦਾ ਹੈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੋਂ ਰੋਸ਼ਨਾਸ ਹੋ ਸਕਦਾ ਹੈ। ਜ਼ਿਆਦਾ ਲੰਮੀ ਕਿਤਾਬ ਹੋਵੇ ਤਾਂ ਲੋਕਾਂ ਕੋਲ ਪੜ੍ਹਨ ਦਾ ਵੀ ਮਸਲਾ ਹੁੰਦਾ ਹੈ, ਠੀਕ ਹੈ, ਕਿ ਕਿੰਝ ਪੜ੍ਹੀਏ ਇਹਨੂੰ। ਫਿਰ ਇਹ ਕਿਤਾਬ ਦੇ ਜਿਹੜੇ 200 ਸਫ਼ੇ ਆ ਇਹਨਾਂ ਨੂੰ ਵੀ ਡਿਵਾਈਡ ਕਰ ਦਿੱਤਾ ਹੈ 16 ਬਾਬਾਂ ਵਿੱਚ ਅਤੇ 134 ਜ਼ੈਲੀਆਂ ਨਵਾਨਾਂ ਵਿੱਚ। ਇਹਦੇ ਨਾਲ ਹੋਰ ਜ਼ਿਆਦਾ ਆਸਾਨੀ ਹੋ ਜਾਂਦੀ ਹੈ, ਠੀਕ ਹੈ, ਕਿਤਾਬ ਪੜ੍ਹਨ ਵਿੱਚ। ਡੂੰਘਾ ਤਾਰੀਖੀ ਸ਼ਊਰ ਦਿੱਤਾ ਇਹਨਾਂ ਨੇ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਬਾਰੇ 'ਚ ਲਿਖਣਾ ਹੋਵੇ ਤਾਂ ਪਤਾ ਹੋਣਾ ਚਾਹੀਦਾ ਕਿ ਉਸ ਦੌਰ ਵਿੱਚ ਹੋ ਕੀ ਰਿਹਾ ਸੀ ਜਦੋਂ ਆਏ ਅਤੇ ਕਿਉਂ ਜ਼ਰੂਰਤ ਪੇਸ਼ ਆਈ ਉਹਨਾਂ ਦੀ। ਅਤੇ ਇਸ ਕਰਕੇ ਜਿਹੜਾ ਸੀਰਤ ਦਾ ਰਾਈਟਰ ਹੁੰਦਾ ਹੈ ਉਹ ਬੜਾ ਜ਼ਰੂਰੀ ਹੈ ਕਿ ਉਹ ਡੂੰਘਾ ਤਾਰੀਖੀ ਸ਼ਊਰ ਰੱਖਦਾ ਹੋਵੇ, ਉਹਨੂੰ ਪਤਾ ਹੋਵੇ ਕਿ ਤਾਰੀਖ ਵਿੱਚ ਕੀ ਹੋ ਰਿਹਾ ਸਨ, ਅਰਬ ਦੀ ਕੀ ਹਾਲਤ ਸਨ, ਇਰਾਨ ਦੀ, ਰੂਮ ਦੀ ਉਸ ਵੇਲੇ ਕੀ ਹਾਲਤ ਸਨ। ਅਤੇ ਇਹਨਾਂ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਕਿਤਾਬ ਲਿਖੀ ਹੈ, ਬੜੀ ਤਾਰੀਖ ਦੀ ਕਿਤਾਬਾਂ ਪੜ੍ਹਨ ਤੋਂ ਬਾਅਦ। ਫਿਰ ਦਲੀਲ ਦੇ ਨਾਲ ਇਹਨਾਂ ਨੇ ਗੱਲ ਕੀਤੀ, ਕੁਰਾਨ ਪਾਕ ਦੀ ਆਇਤਾਂ ਦਾ ਹਵਾਲਾ ਦਿੱਤਾ, ਜਿਹੜੀ ਕੁਰਾਨ ਪਾਕ ਦੀ ਆਇਤਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕਿਰਦਾਰ ਦੇ ਬਾਰੇ ਵਿੱਚ, ਜਿਹੜਾ ਆਖਿਆ ਗਿਆ ਕਿ ਉਹਨਾਂ ਨੂੰ ਉਸਵਾ ਹਸਨਾ ਬਣਾ ਕੇ ਭੇਜਿਆ ਗਿਆ ਪੂਰੀ ਦੁਨੀਆ ਵਾਸਤੇ, ਜਿਹੜਾ ਕਿਹਾ ਗਿਆ ਕਿ ਉਹ ਰਹਿਮਤੁੱਲ੍ਲਾਹ ਅਲ ਅਮੀਨ ਹੈ। ਅਤੇ ਉਹਦੇ ਵਾਸਤੇ ਇਹਨਾਂ ਨੇ ਨਾ ਬੜਾ ਜਿਹੜਾ ਹੈਗਾ ਆਪਣਾ ਜ਼ਿਕਰ ਕੀਤਾ ਕਿ ਕੁਰਾਨ ਪਾਕ ਦੀ ਆਇਤਾਂ ਦਾ, ਠੀਕ ਹੈ। ਫਿਰ ਇਹਨਾਂ ਦੀ ਜਿਹੜੀ ਨਸਰ ਹੈ, ਜਿਹੜੀ ਪ੍ਰੋਜ਼ ਹੈ, ਜਿਹੜੀ ਚੀਜ਼ ਇਹਨਾਂ ਨੇ ਲਿਖੀ ਹੈ, ਇਹ ਬੜੀ ਰਵਾਂ ਹੈ, ਬੜੀ ਸਲੀਸ ਹੈ, ਬੜੀ ਸਾਦਾ ਹੈ, ਬੜੀ ਆਸਾਨ ਹੈ, ਠੀਕ ਹੈ। ਇਹਦੀ ਜ਼ਰੂਰਤ ਅਤੇ ਅਹਿਮੀਅਤ ਇਹ ਹੈ ਕਿ ਮਾਸ਼ਰੇ ਦੇ ਹਰ ਤਬਕੇ ਤੱਕ ਜਿਹਨੂੰ ਮੁਸ਼ਕਿਲ ਪੰਜਾਬੀ ਨਹੀਂ ਆਉਂਦੀ ਉਹਨੂੰ ਵੀ ਪਤਾ ਲੱਗ ਜਾਵੇ ਕਿ ਕੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਸੀ, ਕੀ ਕਿਉਂ ਉਹ ਨਮੂਨਾ ਹੈ, ਕੀ ਕਰਦੇ ਸਨ, ਕੀ ਅਖਲਾਕ ਸਨ, ਕੀ ਕਿਰਦਾਰ ਸਨ ਉਹਨਾਂ ਦੇ, ਠੀਕ ਹੈ। ਅਤੇ ਅਖਲਾਕੋ ਕਿਰਦਾਰ ਦੇ ਜਿਹੜੇ ਵਾਕਿਆ ਅਤੇ ਤੁਸੀਂ ਇਸਲਾਮੀਅਤ ਵਿੱਚ ਜਿਹੜੇ ਵਾਕਿਆਤ ਪੜ੍ਹੇ ਹੋਣਗੇ ਤੁਸੀਂ ਇੱਥੇ ਵੀ ਕੋਟ ਕਰ ਸਕਦੇ ਹੋ ਵਿੱਚ ਆ ਕੇ। ਫਿਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਤਸਵੀਰ ਬਣਾਉਣ ਤੋਂ, ਉਹਨਾਂ ਦੀ ਪੇਂਟਿੰਗ ਬਣਾਉਣ ਤੋਂ ਮਨ੍ਹਾ ਕੀਤਾ ਗਿਆ, ਠੀਕ ਹੈ। ਅਤੇ ਫਿਰ ਇਸੀ ਵਜ੍ਹਾ ਤੋਂ ਇੱਕ ਵੱਡਾ ਸਬਜੈਕਟ ਇਹ ਪੈਦਾ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਦੱਸਿਆ ਜਾਵੇ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਕਿਵੇਂ ਦੇ ਲੱਗਦੇ ਸਨ।
ਅਤੇ ਉਸ ਸਬਜੈਕਟ ਨੂੰ ਕਹੀਦਾ ਸ਼ਮਾਇਲੇ ਰਸੂਲ, ਯਾਨੀ ਨਬੀ ਪਾਕ ਸਲਮ ਦਾ ਵਿਜੀ ਚਿਹਰਾ ਮੁਬਾਰਕ। ਅਤੇ ਉਹਦੇ ਉੱਤੇ ਇਹਨਾਂ ਨੇ ਸਰਾਪਾ ਨਗਾਰੀ ਬੜੀ ਅੱਛੀ ਕੀਤੀ ਹੈ ਕਿ ਉਹ ਕਿੰਨਾ ਉੱਚਾ ਕੱਦ ਸੀ, ਕਿੱਦਾਂ ਦਾ ਮੂੰਹ ਸੀ, ਕਿੰਨੇ ਬਾਜ਼ੂ ਸੀ, ਕਿਸ ਤਰ੍ਹਾਂ ਦੇ ਬਾਜ਼ੂ ਸਨ, ਕਿਹੜੇ ਕੱਪੜੇ ਪਾਉਂਦੇ ਸਨ, ਕਿਹੜਾ ਜਿਹੜੀ ਹੈਗੀ ਖੁਸ਼ਬੂ ਲਾਉਂਦੇ ਸਨ। ਇਹ ਸਾਰੀਆਂ ਗੱਲਾਂ ਅਬਦੁਲ ਕਰੀਮ ਸਮਰ ਨੇ ਆਪਣੀ ਕਿਤਾਬ ਵਿੱਚ ਲਿਖੀਆਂ ਨੇ। ਸਿਰਫ ਹਿਸਟੋਰੀਕਲ ਵਾਕਿਆਤ ਨਹੀਂ ਲਿਖੇ, ਹਜ਼ੂਰ ਸਲਮ ਦੀ ਜ਼ਾਤ ਦਾ ਬਿਆਨ ਵੀ ਕੀਤਾ ਹੈ। ਉਸ ਤੋਂ ਬਾਅਦ ਨਬੀ ਪਾਕ ਸਲਮ ਦੇ ਦੌਰ ਦਾ ਮੰਜ਼ਰ ਲਿਖਿਆ ਹੈ ਕਿ ਕਿੰਜ ਖਜੂਰਾਂ ਦੇ ਬਾਗ ਹੁੰਦੇ ਸਨ, ਕਿਹੋ ਜਿਹੇ ਜਗ੍ਹਾ ਸੀ, ਕਿਹੋ ਜਿਹਾ ਉੱਚਾ ਨੀਚਾ ਜੋਗ੍ਰਾਫੀ ਸੀ, ਕੀ ਸੂਰਤ ਹਾਲ ਸੀ। ਇਹ ਸਾਰਾ ਮੰਜ਼ਰ ਜਿਹੜਾ ਹੈਗਾ ਇਹ ਵੀ ਸਾਨੂੰ ਇਸ ਕਿਤਾਬ ਤੋਂ ਪਤਾ ਲੱਗਦਾ ਹੈ। ਯਾਨੀ ਇੱਕ ਮੁਕੰਮਲ ਪੈਕੇਜ ਹੈ ਕਿਤਾਬ। ਅਤੇ ਫਿਰ ਮੁਹਾਵਰਿਆਂ ਦਾ ਇਸਤੇਮਾਲ ਕੀਤਾ ਨਬੀ ਪਾਕ ਸਲਮ ਦੇ ਬਾਰੇ ਵਿੱਚ, ਜਿਹੜੇ ਪੰਜਾਬੀ ਦੇ ਮੁਹਾਵਰੇ ਨੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੌਣ ਹਸਤੀ ਸਨ, ਕਿੰਨੀ ਵੱਡੀ ਹਸਤੀ ਸਨ, ਅੱਲਾਹ ਦੇ ਨਬੀ ਸਨ। ਠੀਕ ਹੈ, 8 ਨੰਬਰਾਂ ਦੇ ਸਵਾਲ ਵਿੱਚ ਤੁਸੀਂ ਇਹ ਹੈਡਿੰਗਸ ਲਿਖੋਗੇ ਅਤੇ ਥੱਲੇ ਥੋੜ੍ਹੀ ਥੋੜ੍ਹੀ ਡਿਟੇਲਸ ਲਿਖ ਦੋਗੇ ਅਤੇ 2-3 ਸਫ਼ੇ ਵਿੱਚ ਕਰੋਗੇ, ਅਤੇ ਇਨਸ਼ਾਅੱਲਾ ਤੁਹਾਡੇ ਜਿਹੜੇ ਹੈਗੇ ਬਹੁਤ ਅੱਛੇ ਨੰਬਰ ਆਉਣਗੇ। ਕੋਸ਼ਿਸ਼ ਕਰਿਓ ਕਿ ਜਿਹੜੀ ਆਇਤਾਂ ਹਦੀਸਾਂ ਨਬੀ ਪਾਕ ਸਲਮ ਦੇ ਬਾਰੇ ਵਿੱਚ ਇਸਲਾਮੀਅਤ ਵਿੱਚ ਪੜ੍ਹੋ, ਉਹ ਵੀ ਇੱਥੇ ਕੋਟ ਕਰਦੇ ਰਹੋ ਜਿੱਥੇ ਜਿੱਥੇ ਹੋ ਸਕੇ। ਠੀਕ ਹੈ ਜੀ, ਰੱਬ ਰਾਖਾ।